ਸੁਪਰਹਿੱਟ ਪੰਜਾਬੀ ਚੈਨਲ ਵੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਆਡੀਅੰਸ ਨੂੰ ਵੀ ਕਾਫੀ ਸ਼ੌਕ ਹੈਗਾ। ਥੈਂਕ ਯੂ ਸੋ ਮਚ ਬੌਬ ਖੈਰਾ ਸਰ ਸਪੈਸ਼ਲੀ। ਸੋ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲੇ ਟ੍ਰੇਲਰ ਪਲੇ ਕਰਾਂਗੇ। ਮੈਂ ਚਾਹਾਂਗੀ ਲਾਈਟਸ ਆਪਾਂ ਆਫ ਕਰ ਦਈਏ ਪਲੀਜ਼, ਕੈਮਰਾਸ ਦੀਆਂ ਵੀ। ਸਾਰੇ ਆਏ ਹੋਏ ਮੀਡੀਆ ਪਰਸਨ ਨੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਸਾਡੀ ਇਸ ਫਿਲਮ ਦੀ ਪ੍ਰੋਮੋਸ਼ਨ ਮਾਰ ਕੇ ਤੁਹਾਨੂੰ ਸਾਡੀ ਤੁਹਾਡੀ ਸਾਰਿਆਂ ਦੀ ਤੇ ਮੈਂ ਸਾਰੀ ਆਪਣੀ ਟੀਮ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਸਰ ਬੜੀ ਬੰਬੇ ਤੋਂ ਬੜੇ ਬਿਜੀ ਸੀਗੇ ਅਤੇ ਟਾਈਮ ਕੱਢ ਗਏ ਨੇ ਫਿਲਮ ਵਾਲੇ। ਇਹ ਸਾਡੇ ਬੱਬਰ ਜੀ ਸਾਹਿਬ ਦੀ ਲਿਖੀ ਹੋਈ ਫਿਲਮ ਅਤੇ ਸੁਜਾਦ ਖਾਨ ਸੁਜਾਦ ਇਕਬਾਲ ਖਾਨ ਜਿਹੜੇ ਸੀਗੇ ਸਾਡੇ ਫਿਲਮ ਦੇ ਡਾਇਰੈਕਟਰ ਨੇ ਅਤੇ ਇੱਕ ਪ੍ਰੇਮ ਕਥਾ ਜਿੱਦਾਂ ਆਪਾਂ ਪਿਆਰ ਦੀ ਕਹਾਣੀ ਸੁਣਦੇ ਹਾਂ ਅਤੇ ਸਿਸਟਮ ਦਾ ਸਪਾਇਆ ਹੋਇਆ ਇੱਕ ਮੁੰਡਾ ਜਦੋਂ ਆਪਣੇ ਆਪ ਨੂੰ ਖਤਮ ਕਰਦੇ ਤੁਰ ਜਾਂਦਾ ਪਰ ਫਿਰ ਕੁਝ ਪਿਆਰ ਹੀ ਆ ਜਿਹੜਾ ਉਹ ਵਾਪਸ ਲੈ ਕੇ ਆਉਂਦਾ ਫਿਰ ਉਹਦੇ ਵਿੱਚ ਉਹ ਮਿਲਦੇ ਆ ਜਾਂ ਨਹੀਂ ਮਿਲਦੇ ਫਿਰ ਤੁਸੀਂ ਕਹਿੰਦੇ ਹੋ ਸੇਖੋਗੇ ਕਿਉਂਕਿ ਜਿੱਥੇ ਬੋਲਿਆ ਉੱਥੇ ਕੰਢੇ 'ਤੇ ਜ਼ਰੂਰ ਹੁੰਦੇ ਆ। ਸੋ ਆਸ ਕਰਾਂਗੇ ਜੀ ਸਾਡੀ ਕਹਾਣੀ ਸਾਡੀ ਫਿਲਮ ਤੁਹਾਨੂੰ ਸਾਰੇ ਪਸੰਦ ਆਊਗੀ। ਬਾਕੀ ਜੋ ਪਬਲਿਕ ਸਰਬੰਧ ਦੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਪਹਿਲਾਂ ਤੁਸੀਂ ਆਪਣਾ ਕੀ ਮਤਲਬ ਕਰਕੇ ਸਰਵਿਸ ਅਪਰੀਸ਼ੀਏਟ ਹੋਏ। ਇਹ ਕਹਾਣੀ ਜਦੋਂ ਸਾਲ ਮਿਲੇ ਸੀ ਤਾਂ ਉਦੋਂ ਹੀ ਇੱਕ ਸਾਲ ਪਹਿਲਾਂ ਲਿਖੀ ਗਈ ਸੀ। ਸਾਰੀਆਂ ਨੇ ਕੁਛ ਰੋਮੈਂਟਿਕ ਲਿਖੀ ਆਪਾਂ ਕਿ ਐਕਸ਼ਨ ਕਾਫੀ ਜ਼ਰੂਰ ਅਤੇ ਫਿਰ ਸਾਨੂੰ ਗਰਮੀ ਥੋੜ੍ਹੀ ਸੀ ਜੰਮੂ ਨਾ ਸੋਚਿਆ ਕਿ ਜੰਮੂ ਦਾ ਇੱਕ ਵਾਰ ਕਰੀਏ। ਕਹਾਣੀ ਇੱਦਾਂ ਕਿ ਵੀ ਇੱਕ ਪੰਜਾਬ ਦਾ ਬੰਦਾ ਹੈ ਜਿਹੜਾ ਸਿਸਟਮ ਤੋਂ ਥੋੜ੍ਹਾ ਤੰਗ ਪਰੇਸ਼ਾਨ ਆ ਤਾਂ ਉਹਨੂੰ ਕੋਈ ਫੋਲੋ ਕਰ ਰਿਹਾ ਬੰਦਾ ਕਸ਼ਮੀਰ ਅਤੇ ਉਹ ਜਦੋਂ ਉਹਦੇ ਕਹੇ ਅਨੁਸਾਰ ਉੱਥੇ ਜਾਂਦਾ ਹੈ ਉਹਦੀ ਕੁੜੀ ਨਾਲ ਪਿਆਰ ਹੋ ਜਾਂਦਾ ਹੈ। ਹੁਣ ਉਹਦਾ ਜਿਹੜਾ ਪਿਓ ਆ ਉਹਨੂੰ ਨਫ਼ਰਤ ਸਿਖਾ ਰਿਹਾ ਕੁੜੀ ਉਹਨੂੰ ਮੁਹੱਬਤ ਸਿਖਾ ਰਹੀ ਹੈ। ਯਾਨੀ ਉਸ ਸਿਸਟਮ ਨੇ ਸਤਾਇਆ ਹੋ ਆਪਣੇ ਹਰਫ ਦਾ ਮਤਲਬ ਸ਼ਬਦ ਯਾਨੀ ਮੈਂ ਆਪਣੀ ਮੁਹੱਬਤ ਦਾ ਸ਼ਬਦ ਉਸ ਜਗ੍ਹਾ ਤੇ ਲਿਖਤਾ ਜਿੱਥੇ ਉਹਨੂੰ ਨਫ਼ਰਤ ਸਿਖਾ ਰਹੇ ਸਰ। ਬਸ ਮੈਂ ਤਾਂ ਇੰਨਾ ਹੀ ਆਪਣੀ ਫਿਲਮ ਨੂੰ ਦੱਸਾਂਗਾ। ਬਾਕੀ 1 ਸਤੰਬਰ ਨੂੰ ਤੁਸੀਂ ਜ਼ਰੂਰ ਜਾਣਾ ਸੁਣੇਗਾ ਮੇਰੇ। ਤੁਸੀਂ ਕਹਿ ਸਕਦੇ ਹੋ ਕਿ 70-80% ਕਸ਼ਮੀਰ ਅਤੇ 20% ਅਸੀਂ ਪੰਜਾਬ ਦਿੱਤਾ ਐਸ ਪਰ ਦਾ ਰਿਕੁਆਇਰਮੈਂਟ। ਬਾਕੀ ਥੈਂਕ ਯੂ ਸੋ ਮਚ ਸਾਰੇ ਜਿਹੜੇ ਆਏ ਨੇ ਟਾਈਮ ਕਰਕੇ। ਬਾਕੀ ਬਹੁਤ ਸਰ ਨੇ ਓਪਰਚੁਨਿਟੀ ਦਿੱਤੀ ਹੈ ਬੱਬਰ ਭਾਜੀ ਨੇ। ਬੱਬਰ ਭਾਜੀ ਦੇ ਮੈਂ ਵੀ ਕੰਮ ਕਰਦੇ ਰਹਿੰਦੇ ਨਾਲ ਅਤੇ ਵੀਰ ਸਾਹਿਬ ਨਾਲ ਵੀ ਅਸੀਂ ਮਤਲਬ ਹਿੰਦੀ ਫਿਲਮਾਂ ਅਸੀਂ ਕਰ ਰਹੇ ਹਾਂ ਬੈਕ ਟੂ ਬੈਕ ਅਤੇ ਬਾਕੀ ਆਰਤੀ ਬਹੁਤ ਅੱਛੀ ਐਕਟਰ ਹੈ ਮੈਨੂੰ ਲੱਗਦਾ ਕਿ ਸੰਸਾਰ ਭਾਜੀ ਨੇ ਵੀ ਬਹੁਤ ਵਧੀਆ ਕੰਮ ਕੀਤਾ ਐਸ ਏ ਡਾਇਰੈਕਟਰ। ਮੈਨੂੰ ਲੱਗਦਾ ਕਿ ਸਾਰੇ ਐਕਟਰ ਨੀਟੂ ਪੰਡੇ ਜੀ ਉਹਨਾਂ ਨੇ ਵੀ ਬਹੁਤ ਕਮਾਲ ਕੰਮ ਕੀਤਾ ਹੈ। ਸਾਰਿਆਂ ਦਾ ਬਹੁਤ ਵਧੀਆ ਕਰੈਕਟਰ ਹੈ ਅਤੇ ਉਮੀਦ ਕਰਦਾ ਕਿ ਆਈ ਥਿੰਕ ਇਹ ਮੇਰੀ ਫਸਟ ਪੰਜਾਬੀ ਫਿਲਮ ਹੈ ਅਤੇ ਬਹੁਤ ਇੰਪੋਰਟੈਂਟ ਹੈ ਮੇਰੇ ਲਈ ਅਤੇ ਤੁਸੀਂ ਸਪੋਰਟ ਕਰੋ। ਥੈਂਕ ਯੂ ਸੋ ਮਚ। ਬਾਕੀ ਥੋੜੀ ਲੈਂਗੁਏਜ ਪ੍ਰੋਬਲਮ ਸੀ ਬਟ ਮੇਰੇ ਕੋ-ਐਕਟਰ ਸੰਸਾਰ ਸੰਧੂ ਜੀ ਉਹਨਾਂ ਨੇ ਮੈਨੂੰ ਬਹੁਤ ਹੈਲਪ ਕੀਤੀ ਆ। ਮੇਰੇ ਡਾਇਰੈਕਟਰ ਸਰ ਨੇ ਬਹੁਤ ਬਹੁਤ ਕੰਫੀਡੈਂਟ ਕੀਤਾ ਮੈਨੂੰ ਔਰ ਮੈਨੂੰ ਬਹੁਤ ਮਜ਼ਾ ਆਇਆ। ਮਤਲਬ ਇਹ ਸਟੋਰੀ ਮੇਰੇ ਦਿਲ 'ਤੇ ਬਹੁਤ ਜ਼ਿਆਦਾ ਕਰੀਬ ਆ ਔਰ ਮੈਂ ਬਹੁਤ ਜ਼ਿਆਦਾ ਐਕਸਾਈਟਿਡ ਆ ਫਸਟ ਲਈ। ਮੀਰ ਸਰ ਵਧੀਆ ਲੱਗਦਾ ਸਭ ਤੋਂ ਵਧੀਆ ਚੀਜ਼ ਕੀ ਲੱਗਦੀ ਹੈ ਪੰਜਾਬ ਦੀ ਔਰ ਪੰਜਾਬੀ
ਸਤਿ ਸ੍ਰੀ ਅਕਾਲ ਪੰਜਾਬ ਦੀ ਜਬ ਦੀ ਗੱਲ ਕਰੇ ਤਾਂ ਸਸੁਰਾ ਸਾਹਿਬ ਤੋਂ ਵਿਲੱਖਣ ਚਾਰ ਮੇਰਾ ਨਹੀਂ ਹੈ ਜੋ ਬੜੀ ਬੜੀ ਬਾਤਾਂ ਹੋ ਰਹੀਆਂ ਸਸੁਰਾ ਸਾਹਿਬ ਦੇ ਮੱਗੀ ਦੀ ਰੋਟੀ ਦੇ ਲੱਸੀ ਦੀ ਗਲਾਸ ਦੇ ਸਾਰੇ ਸਾਹਮਣੇ ਆਇਆ ਹੈ ਪਰ ਜੋ ਸੇ ਬਾਤ ਪੰਜਾਬ ਦੇ ਸਾਥ ਬੜਾ ਲਗਾਉ ਹੈ ਪਹਿਲੇ ਸੇ ਹੀ ਹੈ ਵਿਸ਼ ਹੈਸ ਬੀਨ ਬਹੁਤ ਵਧੀਆ ਕਰੀ ਹੈ ਔਰ ਇਹ ਮੇਰੀ ਵੀ ਪਹਿਲੀ ਪੰਜਾਬੀ ਔਰ ਬੜੀ ਮੇਰੀ ਗਰੀਬ ਹੈ ਕਿਉਂਕਿ ਸਰਦਾਰ ਭਾਈ ਔਰ ਮੇਰਾ ਐਸੋਸੀਏਸ਼ਨ ਰੋਜ਼ ਡੈਕੇਡ ਸੇ ਹਮ ਸਾਥ ਮੇਂ ਕਾਮ ਕਰ ਰਹੇ ਹੈ ਕਾਫੀ ਸਾਰੀ ਫਿਲਮਾਂ ਹੈ ਕਾਫੀ ਸਾਰੀ ਵੈਬ ਸੀਰੀਜ਼ ਹਮ ਸਾਥ ਮੇਂ ਕਰ ਚੁੱਕੇ ਹੈ ਔਰ ਕਰ ਰਹੇ ਹੈ ਔਰ ਆਗੇ ਵੀ ਕਰਦੇ ਰਹੇਗੇ ਇਨਸ਼ਾਅੱਲਾ ਔਰ ਸੰਗੀਤ ਪ੍ਰੋਗਰਾਮ ਜਿਹੜਾ ਜੋ ਹਮ ਕਾਮ ਕਰ ਚੁੱਕੇ ਹੈ ਪਹਿਲੇ ਵੀ ਤਾਂ ਹਮ ਐਸ ਐਕਚੁਅਲ ਕਾਮ ਕੀਆ ਥਾ ਔਰ ਐਸ ਰਾਈਟਰ ਤੇ ਇਸ ਮੇਂ ਤਾਂ ਹਮ ਦੋਨੋਂ ਸਾਥ ਮੇਂ ਮਾਸਟਰ ਡਾਂਸ ਕਰਦੇ ਥੇ ਕਾਫੀ ਸਾਰਾ ਬਿਗੇ ਸਾਰਾ ਮਾਸਟਰ ਆਰਟਿਸਟ ਸੇ ਵੀ ਮਾਸਟਰ ਆਰਟਿਸਟ ਜਾਣਦੇ ਹਨ ਤੋ ਅੱਛਾ ਇੱਕ ਕੋਣ ਬਣ ਗਿਆ ਤਾਂ ਸ਼ੂਟ ਕੇ ਬੜਾ ਔਰ ਬਾਬਾ ਜੀ ਦਾ ਤੋ ਗਾਲੀ ਬੜਾ ਵੀ ਹੈ ਪਹਿਲਾਂ ਐਸੋਸੀਏਸ਼ਨ ਵੀ ਹੈ ਇਹ ਆਗੇ ਹੋਰ ਵੀ ਬਣਾਏਗੇ ਆਪ ਲੋਕੋ ਸਪੋਰਟ ਕਰ ਦੋ ਜਿੰਨਾ ਵੀ ਹੋਰ ਕੌਣ ਕਰ ਸਕਦਾ ਹੈ ਵਾਹ ਜੋ ਵੀ ਆਪਨੇ ਆਪ ਕੀ ਵਿਗੇ ਟੁਡੇਸ ਵਰਲਡ ਆਜ ਕੀ ਤਾਰੀਖ ਮੇਂ ਮੀਡੀਆ ਔਰ ਸੋਸ਼ਲ ਮੀਡੀਆ ਕੇ ਆਪ ਮੇਂ ਬਹੁਤ ਅੱਛੀ ਚੀਜ਼ਾਂ ਹੈ ਜੋ ਚੀਜ਼ੋ ਕੋ ਔਰ ਬੜਾ ਸਕਦੇ ਹੈ ਤੋ ਹਮਾਰੀ ਜੋ ਹੈ ਆਪ ਵੀ ਇਹ ਵੀ ਆਪਣੇ ਜੇਨ ਕੇ ਸਹੀ ਹੈ ਇਨਕੇ ਸਾਥ ਤੋ ਮੈਂ ਪਹਿਲੇ ਵੀ ਕਾਮ ਕਰ ਚੁੱਕਾ ਲੇਕਿਨ ਔਨ ਸਕਰੀਨ ਇਸ ਫਿਲਮ ਮੈਂ ਪਹਿਲੀ ਵਾਰੀ ਹਮਨੇ ਕੈਮਰਾ ਫੇਸ ਕੀਆ ਹੈ ਸਾਰੇ ਤੋਂ ਫਸਟ ਫਿਲਮ ਜਬ ਮੈਂ ਕੈਮਰਾ ਫੇਸ ਕੀਆ ਹੈ ਔਰ ਅਭੀ ਇਸ ਮੈਂ ਵੀ ਆਜ ਤੱਕ ਜੋ ਚਲਨ ਹੈ ਫਿਲਮੋਂ ਕਾ ਅਭੀ ਨਜ਼ਰ ਕੀ ਬਾਤ ਕਰੇ ਜੋ ਅਭੀ ਰਿਲੀਜ਼ ਹੋਈ ਹੈ ਮੈਂ ਉਸ ਫਿਲਮ ਮੈਂ ਵੀ ਹੂੰ ਔਰ ਬਹੁਤ ਅੱਛਾ ਬਿਜ਼ਨਸ ਚੱਲ ਰਹੀ ਹੈ ਫਿਲਮ ਔਲ ਓਵਰ ਦਾ ਵਰਲਡ ਔਰ ਉਸਮੇਂ ਜੋ ਤਾਰਾ ਸਕੀਨਾ ਵਾਲਾ ਕੈਮਿਸਟਰੀ ਹੈ ਤਾਰਾ ਸਕੀਨਾ ਵਾਲੀ ਜੋ ਚੀਜ਼ ਚੱਲੀ ਹੈ ਤੋ ਉਸਮੇਂ ਜੰਨਾ ਤੋ ਹੂੰ ਜਿੰਨਾ ਮੈਂ ਜੰਨਾ ਤੋ ਨੂਰ ਦਾ ਜੋ ਇੱਕ ਬਾਰੇਗਾ ਔਰ ਉਸਕਾ ਨੋ ਡਾਊਟ ਉਸਮੇਂ ਕਹਿੰਦੇ ਔਰ ਉਸਕੀ ਬੜੀ ਕਾਮਯਾਬ ਨਹੀਂ ਹੈ ਲੇਕਿਨ ਇੱਕ ਰਿਅਲਿਸਟਿਕ ਸਾ ਅਪਰੋਚ ਹੈ ਇੱਕ ਫਿਲਮ ਦਾ ਜੋ ਹੋਣਾ ਚਾਹੀਏ ਔਰ ਫਿਰ ਜੇ ਕਰੀਬ ਸਭ ਲੋਕ ਇਸ ਸੇ ਰਿਲੇਟ ਕਰੇਗੇ ਸਭ ਤੋਂ ਬੜੀ ਬਾਤ ਇਹ ਹੋਤੀ ਹੈ ਕਿ ਬੜੀ ਫਿਲਮੀ ਲੱਗੇਗੀ ਇਹ ਬੜੀ ਫਿਲਮੀ ਨਹੀਂ ਹੈ ਇਹ ਬੜੀ ਰਿਅਲਿਸਟਿਕ ਫਿਲਮ ਹੈ ਔਰ ਇਸਨੇ ਜਜ਼ਬਾਤ ਕੋ ਪਕੜਾ ਹੋਇਆ ਹੈ ਔਰ ਥੌਟ ਕੋ ਪਕੜਾ ਹੋਇਆ ਹੈ ਇਮੋਸ਼ਨਸ ਕੋ ਪਕੜਾ ਹੋਇਆ ਹੈ ਜੋ ਇਸ ਚੀਜ਼ ਦੀ ਸਭ ਤੋਂ ਬੜੀ ਖਾਸ ਹੈ ਥੈਂਕ ਯੂ ਪਹਿਲਾਂ ਮੈਂ ਚਾਹਾਂਗਾ ਕਿ ਮੇਰਾ ਛੋਟਾ ਵੀ ਸਿਕੰਦਰ ਬੋਲਾ ਜੀ ਬੋਲੇ ਤੇ ਮੈਂ ਸਵਾਗਤ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਾਰੀ ਮੀਡੀਆ ਨੂੰ ਤੇ ਤੁਸੀਂ ਮਤਲਬ ਸਾਡਾ ਕੰਮ ਹੀ ਹੋ ਕਿ ਸਾਡੇ ਪਿਲਰ ਤੋਂ ਹਾਂ ਤੇ ਥੈਂਕ ਯੂ ਸੋ ਮਚ ਇੱਥੇ ਆਉਣ ਲਈ ਤੇ ਬਾਕੀ ਸਾਰੀ ਮੇਰੀ ਟੀਮ ਬੱਬਰ ਭਾਜੀ ਬੋਲ ਭਾਜੀ ਮੇਰ ਭਾਜੀ ਆਰਤੀ ਜੀ ਸੁਜਾਦ ਭਾਜੀ ਸਾਰਿਆਂ ਦਾ ਥੈਂਕ ਯੂ ਸੋ ਮਚ ਹੈ ਨਾ ਇੱਕ ਮੈਂ ਮਰਪ੍ਰੀਤ ਨੂੰ ਸਭ ਤੋਂ ਛੋਟਾ ਇਹਨਾਂ ਨੇ ਮੌਕਾ ਦਿੱਤਾ ਆਪਣੇ ਨਾਲ ਕੰਮ ਕਰਨ ਦਾ ਬਲਕਿ ਬੋਲ ਭਾਜੀ ਨਾਲ ਮੈਂ ਤੁਸੀਂ ਸਾਲਸਾ ਸਾਹਿਬ ਤੋਂ ਤੇ ਜਿੰਨੇ ਵੀ ਪ੍ਰੋਜੈਕਟ ਹੁਣ ਅਸੀਂ ਕਰ ਰਹੇ ਹਾਂ ਜਾਂ ਪ੍ਰੋਡਿਊਸਰ ਜਾਂ ਐਜੰਟ ਰਾਈਟਰ ਤੇ ਮੈਂ ਤੇ ਭਾਜੀ ਨਾਲ ਹੀ ਹਾਂ ਤੇ ਮੈਂ ਇਹ ਕਹਿਣਾ ਚਾਹੁੰਦਾ ਸਾਡੀ ਫਿਲਮ ਨੂੰ ਦੇਖਿਓ ਤੇ ਬਾਕੀ ਥੈਂਕ ਯੂ ਸੋ ਮਚ ਸਾਰਿਆਂ ਦਾ